ਸਿੰਘ ਜੀ ਕੀ ਕਹੋਗੇ ਕਿਵੇਂ ਚੱਲਦੇ ਨੇ ਪ੍ਰਦਰਸ਼ਨ ਪੂਰੇ ਬਰਕਰਾਰ ਨੇ ਪ੍ਰਦਰਸ਼ਨ ਤੇ ਲੜ ਰਹੇ ਹੋ ਪੂਰਾ ਤੇ ਪ੍ਰਦਰਸ਼ਨ ਨੀਰਾ ਗੱਲੇ ਛੱਡੋ ਪ੍ਰਦਰਸ਼ਨ ਦਾ ਸਰੀ ਲੱਗ ਗਿਆ ਤੁਸੀਂ ਅਸੀਂ ਕੀ ਕਹੀਏ ਮੋਦੀ ਸਰਕਾਰ ਨੂੰ ਨੀਵੀਂ ਪਵਾ ਕੇ ਇਹ ਬਹੁਤ ਜੰਬੜਿਆ ਹੋਇਆ ਸੀ ਅੰਬਤ ਸਾਤੇ ਇਹਨਾਂ ਨੂੰ ਥੱਲੇ ਲਾ ਕੇ ਜਾਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਦੇ ਨੇ ਕਹਿੰਦੇ ਨੇ ਵੀ ਕਿਸਾਨਾਂ ਦੇ ਹੱਕ ਦੇ ਕਾਨੂੰਨ ਨੇ ਕਿਸਾਨਾਂ ਲਈ ਅਸੀਂ ਕੜੀ ਬਣਾਈਆ ਕਿਸਾਨਾਂ ਨੂੰ ਬਹੁਤ ਫਾਇਦੇ ਹੋਣਗੇ ਕੀ ਕਹੋਗੇ ਉਹ ਜੀ ਸਾਨੂੰ ਬੌੜੇ ਬਣਾਉਂਦੇ ਨੇ ਆ ਕੇਂਦਰੀ ਮੰਤਰੀਆਂ ਨੇ ਕਿਹਾ ਕਿ 5 ਤਰੀਕ ਦੀ ਜੋ ਮੀਟਿੰਗ ਆ ਉਹ ਚ ਹੱਲ ਕੱਢਾਂਗੇ ਤੁਹਾਨੂੰ ਲੱਗਦਾ ਵੀ ਹੱਲ ਨਿਕਲੂਗਾ ਨਹੀਂ ਨਿਕਲਦਾ ਜੀ ਅਜੇ ਲਿਚੀਆਂ ਮਾਰਦਾ ਬੌਲੇ ਬਣਾਉਂਦਾ ਨਹੀਂ ਹੱਲ ਨਿਕਲਦਾ ਮਰਦਾਬਾ 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 ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਅਸੀਂ ਖੜੇ ਹਾਂ ਦਿੱਲੀ 'ਚ ਟਿੱਕਰੀ ਬਾਰਡਰ ਦਿੱਲੀ ਤੇ ਜਿੱਥੇ ਰਾਤ ਦਾ ਮਾਹੌਲ ਤੁਹਾਨੂੰ ਦਿਖਾਉਣਿਆ ਰਾਤ ਦੇ ਮਾਹੌਲ ਚ ਕਿਸਾਨ ਯੂਨੀਅਨ ਆਗੂ ਨਾਰੇਬਾਜੀ ਕਰ ਰਹੇ ਨੇ ਨਾਰੇਬਾਜੀ ਕਰ ਰਹੇ ਤੁਹਾਨੂੰ ਦੱਸ ਦਈਏ ਤਸਵੀਰਾਂ ਵੀ ਤੁਹਾਨੂੰ ਦਿਖਾਉਣਾ ਹੈ ਕਿ ਵੱਡੀ ਗਿਣਤੀ ਵਿੱਚ ਟਰਾਲੀਆਂ ਇਸ ਗਰਾਊਂਡ 'ਚ ਖੜੀਆਂ ਨੇ ਤਕਰੀਬਨ 30-35 ਕਿਲੋਮੀਟਰ ਦਾ ਜਾਮ ਆ ਕੋਈ ਐਸਟੀਮੇਟ ਨਹੀਂ ਲੱਗਦਾ ਵੱਧ ਵੀ ਹੋ ਸਕਦਾ ਕਿਉਂਕਿ ਗਰਾਊਂਡਾਂ 'ਚ ਟਰਾਲੀਆਂ ਸਾਈਡ ਤੇ ਜਿੰਨੇ ਵੀ ਗਰਾਊਂਡ ਨੇ ਪੂਰੇ ਟਰਾਲੀਆਂ ਨਾਲ ਜਥੇਬੰਦੀਆਂ ਦੇ ਭਰੇ ਹੋਏ ਨੇ ਇੱਥੇ ਰਹਿ ਰਹੇ ਨੇ ਸੋ ਪੂਰੇ ਰੋਡ ਜਾਮ ਨੇ ਟਿੱਕਰੀ ਬਾਰਡਰ ਪੂਰਾ ਜਾਮਾ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਉਂਦੇ ਆ ਰਾਤ ਦੀਆਂ ਇੱਥੇ ਨਾਰੇਬਾਜੀ ਕਰ ਰਹੇ ਨੇ ਕਿਸਾਨ ਆਗੂਆਂ ਨਾਲ ਕਰਾਂਗੇ ਗੱਲਬਾਤ ਸਾਡੇ ਨਾਲ ਪ੍ਰਧਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਕਰਾਂਗੇ ਗੱਲਬਾਤ ਕਰਮ ਸਿੰਘ ਮੌਜੂਦ ਨੇ ਕਰਮ ਸਿੰਘ ਜੀ ਕੀ ਕਹੋਗੇ ਕਿਵੇਂ ਆਸੋਂ ਨੂੰ ਖਾਣ ਪੀਣ ਦੀ ਪ੍ਰੋਬਲਮ ਜਾਂ ਕਿਵੇਂ ਕਿੰਨੇ ਦਿਨਾਂ ਦੇ ਆਏ ਹੋਏ ਹੋ ਕੋਈ ਸੋ ਨੂੰ ਪ੍ਰੋਬਲਮ ਆ ਰਹੀ ਹੈ ਇੱਥੇ ਖਾਣ ਪੀਣ ਦੀ ਤਾਂ ਕੋਈ ਪ੍ਰੋਬਲਮ ਨਹੀਂ ਇੰਨਾ ਸਾਡੇ ਲਈ ਵੇ ਸਮਾਨ ਆ ਰਿਹਾ ਸੱਤੋਂ ਚੱਲਿਆ ਨਹੀਂ ਜਾਂਦਾ ਸਾਡੀਆਂ ਟਰਾਲੀਆਂ ਡੱਕੀਆਂ ਪਈਆਂ ਨੇ ਇੰਨਾ ਸਮਾਨ ਆ ਰਿਹਾ ਹੱਦ ਤੋਂ ਵੱਧ ਅਸੀਂ ਇਹ ਗੱਲ ਤੇ ਸਮਾਨ ਅਪਦਾ ਵੀ ਬੋਰਾ ਫੁੱਲ ਲਿਆਇਆ ਵੀ ਜਿੰਨਾ ਮਰਜੀ ਚਿਰ ਲੱਗ ਜੇ ਅਸੀਂ ਉਹਨਾਂ ਚਿਰ ਜਾਂਦੇ ਨਹੀਂ ਜਿੰਨਾ ਚਿਰ ਸਾਡੀ ਪੂਰੀ ਜਿੱਤ ਨਹੀਂ ਹੁੰਦੀ ਜਿਹੜੇ ਇਹ ਤਿੰਨ ਕਾਲੇ ਕਾਨੂੰਨ ਲਿਆਇਆ ਉਹ ਅਸੀਂ ਇਹਦੇ ਰੱਦ ਕਰਕੇ ਜਾਵਾਂਗੇ ਸਮਝ ਗਿਆ ਨਾ ਨਾ ਠੀਕ ਹੈ ਦੂਜੀ ਗੱਲ ਜਿਹੜੇ ਇਹ ਮਤਲਬ ਅਡਾਨੀ ਵਡਾਨੀਆ ਤੋਂ ਲਿਆਇਆ ਸਾਰੇ ਕਾਨੂੰਨ ਉਹ ਸਾਡੇ ਜਿਹੜੇ ਬੱਚੇ ਨੇ ਪਿਛਲੇ ਉਹ ਸਾਨੂੰ ਕੀ ਕਹਿਣਗੇ ਜੇ ਅਸੀਂ ਰੱਦ ਕਰਵਾ ਕੇ ਨਹੀਂ ਜਾਵਾਂਗੇ ਅਸੀਂ ਉਹਨਾਂ ਵਾਸਤੇ ਇੱਥੇ ਕੁਰਬਾਨੀਆਂ ਦੇਣ ਨੂੰ ਤਿਆਰ ਖੜੇ ਆ ਠੀਕ ਹੈ ਤੁਹਾਨੂੰ ਕੀ ਲੱਗਦਾ ਹਰਿਆਣਾ ਤੁਹਾਡਾ ਪੂਰਾ ਸਾਥ ਦੇ ਰਿਹਾ ਹਰਿਆਣਾ ਸਟੇਟ ਹਰਿਆਣਾ ਵੀ ਸਾਡਾ ਸਾਥ ਦੇ ਰਿਹਾ ਸਾਡਾ ਸਾਰਾ ਹਿੰਦੁਸਤਾਨ ਸਾਰਾ ਸਾਡਾ ਹਿੰਦੁਸਤਾਨ ਸਾਡਾ ਭਰਾ ਹੈ ਛੋਟਾ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਸਾਨੂੰ ਹੁਣ ਸਾਰਾ ਦੁੱਧ ਚੀਨੀ ਘੋ ਸਾਰਾ ਕੁਝ ਸਾਰੇ ਚੀਜ਼ਾਂ ਦੇ ਰਿਹਾ ਠੀਕ ਹੈ ਸਾਡੀ ਇੰਨੀ ਮਦਦ ਕਰ ਰਿਹਾ ਹੈ ਕੁਈ ਕੌਫੀਆਂ ਸਾਰੀਆਂ ਜਿੰਨੇ ਵੀ ਕੋਈ ਚੀਜ਼ ਬਣਦੀ ਹੈ ਵਿਆਹ ਚ ਨਹੀਂ ਬਣਦੀ ਜਿਹੜੀ ਉਹ ਸਾਨੂੰ ਉਪੜਦੀ ਕਰ ਰਿਹਾ ਸਬਜ਼ੀਆਂ ਭਾਜੀਆਂ ਸਤੋ ਝੱਲੀਆਂ ਨਹੀਂ ਜਾਂਦੇ ਆ ਪਾਣੀ ਧਾਣੀ ਕੋਈ ਵੀ ਪ੍ਰੋਬਲ ਨਹੀਂ ਸਾਨੂੰ ਆ ਰਹੀ ਜਿਵੇਂ ਤੁਸੀਂ ਕਹਿੰਦੇ ਸੀ ਅਸੀਂ ਰਾਸਣ 6 ਮਹੀਨੇ ਦਾ ਲਿਆ ਏ ਇੰਨਾ ਲਿਆ ਏ ਇਹਦਾ ਮਤਲਬ ਉਹ 6 ਮਹੀਨੇ ਦਾ ਤਾਂ ਬਾਧੂ ਪਿਆ ਹੋਰ ਵੀ ਰਾਸਣ ਆ ਰਿਹਾ ਰਾਸਣ ਸਾਰਾ ਬਾਧੂ ਪਿਆ ਜੀ ਅਸੀਂ ਗੁਰਦੁਆਰਿਆਂ 'ਚ ਜਾਂ ਸਵਾ ਤੇ ਲਾਵਾਂਗੇ ਜਾ ਕੇ ਅਸੀਂ ਪੁੰਨ ਦੇ ਥੋਂ ਲਾਵਾਂਗੇ ਜਿਹੜਾ ਬਚੂਗਾ ਸਾਡਾ ਸਮਾਨ ਅਸੀਂ ਸਾਨੂੰ ਤਾਂ ਉਰੀ ਹਰਿਆਣਾ ਹੀ ਨਹੀਂ ਮਾਲ ਸਾਨੂੰ ਤਾਂ ਜਿਹੜੇ ਵਿਚਾਰੇ ਸੇਵਾ ਵਾਲੇ ਨੇ ਸਾਰੇ ਇੰਨਾ ਸਮਾਨ ਦੇ ਰਹੇ ਨੇ ਸਾਡਾ ਚੀਨੀ ਚੂਨੀ ਸਭ ਕੁਝ ਸਾਨੂੰ ਆ ਮਾਰੇ ਠੀਕ ਹੈ ਪ੍ਰਧਾਨ ਜੀ ਕੀ ਕਹੋਗੇ ਹੁਣ ਖੇਤੀ ਕਾਨੂੰਨ ਰੱਦ ਕਰਵਾ ਕੇ ਚਾਹੋਗੇ ਵਾਪਸ ਨਹੀਂ ਕਰੇ ਨਹੀਂ ਜਾਂਦੇ ਤੁਸੀਂ ਨਹੀਂ ਵਾਪਸ ਜਾਣ ਦਾ ਮਤਵਲੇ ਨਹੀਂ ਦੂਜੀ ਗੱਲ ਅਸੀਂ ਵਾਪਸ ਦਾ ਅਸੀਂ ਸਮਾਨ ਇਹਨਾਂ ਲੈ ਆ ਵੀ ਸਾਨੂੰ ਤਾਂ ਹੋਰ ਹੋਰੇ ਜਿਹੜਾ ਮਿਲਦਾ ਉਹ ਤਾਂ ਲੱਗ ਹੈ ਸਾਲ ਸੀ 5 ਮਹੀਨਾ ਦਾ ਰਾਸ਼ਨ ਲੈ ਕੇ ਤੁਰਿਆ ਜਿਹੜੇ ਸਾਡੇ ਨਾਕੇ ਤੋੜੇ ਤੇ ਲਾਏ ਤੇ ਇਹਨਾਂ ਨੇ ਉਹ ਅਸੀਂ ਤੋੜ ਕੇ ਸਾਰੀਆਂ ਟਰਾਲੀਆਂ ਉਰੇ ਆਏ ਆ ਹਰਿਆਣੇ ਦੀ ਸਰਕਾਰ ਨੇ ਜੋਰ ਲਾ ਲਿਆ ਖੱਟੜ ਨੇ ਇਸ ਤੇ ਨਹੀਂ ਰੁਕੇ ਅਸੀਂ ਉਰੇ ਜਿਹੜੇ ਮਤਲਬ ਆਪਣੇ ਹਾਈ ਲੈਵਲ ਰੋਕਣੇ ਤੇ ਉਹ ਅਸੀਂ ਨੇ ਸਾਰੇ ਆਕੇ ਰੋਕੇ ਨੇ ਠੀਕ ਹੈ ਚਾਣੀ ਕਿ ਸੰਘਰਸ਼ ਤੁਹਾਡਾ ਚੱਲਦਾ ਰਹੂਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਰਹੂਗਾ ਬਿਲਕੁਲ ਚੱਲਦਾ ਰਹੂਗਾ ਬਿਲਕੁਲ ਚੱਲਦਾ ਰਹੂਗਾ ਜਾਣਦਾ ਕੋਈ ਸਾਡਾ ਮਸਲਾ ਹੀ ਨਹੀਂ ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਉਹਨਾਂ ਚਿਰ ਅਸੀਂ ਜਾਣਦੇ ਨਹੀਂ ਵਾਪਸ ਬਿਲਕੁਲ ਹੀ ਨਹੀਂ ਜਾਂਦੇ ਸੋ ਕਿਸਾਨ ਯੂਨੀਅਨ ਆਗੂ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਰਾਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਹਰੇਬਾਜੀ ਕਰ ਰਹੇ ਨੇ ਤੇ ਕਹਿ ਰਹੇ ਨੇ ਖਾਣ ਪੀਣ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ 6 ਮਹੀਨਿਆਂ ਦਾ ਅਸੀਂ ਰਾਸ਼ਨ ਲੈ ਕੇ ਆਏ ਸੀ ਪਰ ਉਸ ਤੋਂ ਵੱਧ ਸਾਨੂੰ ਜਥੇਬੰਦੀਆਂ ਹੋਰ ਕੋਈ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਦੇ ਕੇ ਜਾਂਦੀਆਂ ਨੇ ਪਾਣੀ ਦੀ ਘਾਟ ਨਹੀਂ ਖਾਣ ਪੀਣ ਦੀ ਕੋਈ ਘਾਟ ਨਹੀਂ ਇੱਥੇ ਤੇ ਅਸੀਂ ਆਪਣੇ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਾਂਗੇ ਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹਟਾਂਗੇ ਸਾਡੇ ਨਾਲ ਆਗੂ ਮੌਜੂਦ ਨੇ ਵੱਡੀ ਗਿਣਤੀ ਚ ਮੌਜੂਦ ਨੇ ਤੇ ਕਹਿ ਰਹੇ ਨੇ ਕਿ ਸਾਡੇ ਪ੍ਰਦਰਸ਼ਨ ਐਵੇਂ ਹੀ ਚੱਲਦੇ ਰਹਿਣਗੇ ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਮੌਜੂਦ ਨੇ ਉਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਪ੍ਰਧਾਨ ਜੀ ਕੀ ਨਾਮ ਆਪਣਾ ਦਰਬਾਰਾ ਸਿੰਘ ਜੀ ਮੈਂ ਬਲਾਕ ਪ੍ਰਧਾਨ ਪੋਨੀਗੜ ਰਾਜੇਵਾਲ ਗਰੁੱਪ ਠੀਕ ਹੈ ਜੀ ਦਰਬਾਰਾ ਸਿੰਘ ਜੀ ਕੀ ਕਹੋਗੇ ਕਿਵੇਂ ਚੱਲਦੇ ਨੇ ਪ੍ਰਦਰਸ਼ਨ ਪੂਰੇ ਬਰਕਰਾਰ ਨੇ ਪ੍ਰਦਰਸ਼ਨ ਤੇ ਲੜ ਰਹੇ ਹੋ ਪੂਰਾ ਪ੍ਰਦਰਸ਼ਨ ਦੀ ਗੱਲ ਛੱਡੋ ਪ੍ਰਦਰਸ਼ਨ ਦਾ ਸਰੀ ਲੱਗਿਆ ਆ ਸਾਡੇ ਭੋਲਾ ਸਿੰਘ ਜੀ ਨੇ ਪ੍ਰਧਾਨ ਪੋਨੀਗੜ ਤੋਂ ਇਹਨਾਂ ਨੇ ਰਜਾਨਾ ਇੱਕ ਗੱਡੀ ਆਉਣ ਜਾਣ ਤੇ ਆਨਲਾਈਨ ਲਾਤੀ ਰਜਾਨਾ ਲੈ ਕੇ ਜਾ ਕਰਨਗੇ ਰਜਾਨਾ ਛੱਡ ਕੇ ਜਾ ਕਰਨਗੇ ਅਸੀਂ ਵੀ ਇਹਨਾਂ ਦਾ ਟਰੱਕ ਜੁਨੀਅਨ ਨਾਲ ਅਸੀਂ ੜ ਕੇ ਖੜਾਂਗੇ ਮੋਦੀ ਸਰਕਾਰ ਨੂੰ ਅਸੀਂ ਨੀਵਾ ਪਾ ਕੇ ਤੁਸੀਂ ਅਸੀਂ ਕੀ ਕਹੀਏ ਮੋਦੀ ਸਰਕਾਰ ਨੂੰ ਨੀਵੀਂ ਪਵਾ ਕੇ ਇਹ ਬਹੁਤ ਚੰਬੜਿਆ ਹੋਇਤੀ ਅੰਬਲ ਸਾਹ ਤੇ ਇਹਨਾਂ ਨੂੰ ਥੱਲੇ ਲਾ ਕੇ ਜਾਵਾਂਗੇ ਅਸੀਂ ਆਖਰੀ ਸਾਹ ਤੱਕ ਇਹਨਾਂ ਦੇ ਗੋਲੀਆਂ ਖਾਣ ਦੇ ਵੀ ਅਸੀਂ ਖੜਾਂਗੇ ਪ੍ਰਧਾਨ ਜੀ ਹਜੇ ਹਜੇ ਤੁਸੀਂ ਲਾ ਲਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਦੇ ਨੇ ਕਹਿੰਦੇ ਨੇ ਵੀ ਕਿਸਾਨਾਂ ਦੇ ਹੱਕ ਦੇ ਕਾਨੂੰਨ ਨੇ ਕਿਸਾਨਾਂ ਲਈ ਅਸੀਂ ਕੜੀ ਬਣਾਈਆ ਕਿਸਾਨਾਂ ਨੂੰ ਬਹੁਤ ਫਾਇਦੇ ਹੋਣਗੇ ਕੀ ਕਹੋਗੇ ਉਹ ਜੀ ਸਾਨੂੰ ਬੌੜੇ ਬਣਾਉਂਦੇ ਨੇ ਇਹ ਮੋਦੀ ਸਰਕਾਰ ਜਿਹੜਾ ਮੋਦੀ ਹੈ ਇਹਦਾ ਇਹ ਨਹੀਂ ਪਤਾ ਵੀ ਕੌਣ ਹੈ ਇਹ ਇਹਦਾ ਹੀ ਨਹੀਂ ਪਤਾ ਵੀ ਕੀ ਹੈ ਇਹ ਇਹ ਚੰਬੜਾ ਹਜੇ ਪਹਿਲਾਂ ਜੀਐਸਟੀ ਦਾ ਹੀ ਜਿਹੜੇ ਮਾਮਾ ਧੀਆਂ ਦੇ ਪੈਸੇ ਦੇ ਰੱਖੇ ਨੋਟਬੰਦੀ ਕਰੀ بڑے بڑے ਬਾਹਰ ਬਗਾਰ ਕੱਢਦੇ ਜਿਹੜੇ ਖਾ ਗਏ ਹਿੰਦੁਸਤਾਨ ਨੂੰ ਛੋਟੇ ਛੋਟੇ ਕਿਸਾਨਾਂ ਦੇ ਕੇਸ ਕਰਤੇ ਮਾਮਾ ਧੀਆਂ ਦੇ ਵੀ ਪੈਸੇ ਬਾਹਰ ਕੱਢ ਕੇ ਜਿਹਨਾਂ ਕੰਮ ਚ ਲਾਉਣਾ ਸੀ ਉਹ ਇਹਨੇ ਜੱਗਰ ਕਰਤੇ ਇਹਨੇ ਚੰਗਾ ਕੰਮ ਇੱਕ ਵੀ ਨਹੀਂ ਕਰਿਆ ਇਹਦਾ ਹੰਕਾਰ ਅਸੀਂ ਤੋੜਾਂਗੇ ਪੰਜਾਬ ਤੋੜੂਗਾ ਸਾਰਾ ਹਿੰਦੁਸਤਾਨ ਤੋੜੂਗਾ ਚਾਰ ਮੀਟਿੰਗਾਂ ਹੋਈਆਂ ਨੇ ਪੰਜਵੀਂ ਮੀਟਿੰਗ 5 ਦਸੰਬਰ ਨੂੰ ਹੋਣ ਜਾ ਰਹੀ ਹੈ ਚੌਥੀ ਮੀਟਿੰਗ 'ਚ ਕੇਂਦਰੀ ਮੰਤਰੀਆਂ ਨੇ ਕਿਹਾ ਕਿ 5 ਤਰੀਕ ਦੀ ਜੋ ਮੀਟਿੰਗ ਆ ਉਹ 'ਚ ਹੱਲ ਕੱਢਾਂਗੇ ਤੁਹਾਨੂੰ ਲੱਗਦਾ ਵੀ ਹੱਲ ਨਿਕਲੂਗਾ ਨਹੀਂ ਨਿਕਲਦਾ ਜੀ ਅਜੇ ਲਿਚੀਆਂ ਮਾਰਦਾ ਹੈ ਬੌਲੇ ਬਣਾਉਦਾ ਨਹੀਂ ਹੱਥ ਨਿਕਲਦਾ ਸਾਡਾ ਕਿਸਾਨ ਵੀ ਇੱਥੇ ਖੜ੍ਹ ਕੇ ਜਿਹੜੇ ਸਾਡੇ ਆ ਵਰਕਰ ਖੜੇ ਨੇ ਇਹਨਾਂ ਨੇ ਵੀ ਸਟੇਜਾਂ ਤੋਂ ਚੈਲੰਜ ਕਰਤਾ ਵੀ ਜਿਹੜਾ ਸਾਡਾ ਲੀਡਰ ਬਿਕੂ ਜਾਂ ਸਾਨੂੰ ਸ਼ੱਕ ਲੱਗੂ ਅਸੀਂ ਉਹਨੇ ਗੈਰ ਵੀ ਪਾਵਾਂਗੇ ਕੇਂਦਰ ਸਰਕਾਰ ਕਹਿ ਰਹੀ ਆ ਕਿ ਐਡਜਸਟਮੈਂਟ ਕਰ ਲੈਣੇ ਆ ਸੋਧ ਕਰਦਣੇ ਆ ਬਿਲਾ ਚੋ ਕੀ ਸੋਧ ਮਨਜ਼ੂਰ ਨਹੀਂ ਨਹੀਂ ਮਨਜ਼ੂਰ ਸਾਡਾ ਸਾਰਾ ਹੱਕ ਇਹ ਤਾਂ ਇਹਨੇ ਮਖਿਆਰ ਚ ਇੱਕ ਭਿੰਡਾਂ ਦੇ ਛੱਤੇ ਜਿੱਟ ਮਾਰ ਲਈ ਇਹਨੂੰ ਭਿੰਡਾਂ ਮੂੰਹ ਮੂੰਹ ਟੀ ਲੜ ਲੀਆਂ ਇਹਨਾਂ ਪੰਜਾਬੀ ਛੇੜਲੇ ਸ਼ੇਰ ਪਹਿਲਾਂ ਸਾਡੇ 84 ਦਾ ਹੋਇਆ ਇਹ ਆਪੇ ਸਮਝ ਲੈ ਵੀ ਕੀ ਹੋਊਗਾ ਠੀਕ ਹੈ ਹੁਣ ਤੁਹਾਡੇ ਪ੍ਰਦਰਸ਼ਨ ਜੇ ਹੁਣ ਕੱਲ ਨੂੰ ਮੀਟਿੰਗਾਂ 5 ਦਸੰਬਰ ਦੀ ਮੀਟਿੰਗਾਂ ਜੇ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਫਿਰ ਪ੍ਰਦਰਸ਼ਨ ਐਵੇਂ ਹੀ ਚੱਲਣਗੇ ਐਵੇਂ ਹੀ ਰੱਖੋਗੇ ਸਾਡਾ ਰਾ ਜੀ ਲੰਬਾ ਸੰਘਰਸ਼ ਹੈ ਸਾਡੀਆਂ ਟਰਾਲੀਆਂ ਭਰੀਆਂ ਪਈਆਂ ਨੇ ਇਹਨਾਂ ਅਸੀਂ ਦਾ ਖਾਣਾ ਖਾਏ ਨਹੀਂ ਰਹੇ ਸਦਨਾ ਦਿੱਲੀਏ ਪੇ ਜੀ ਜਾਂਦੀ ਹੈ ਇਹਨਾਂ ਦਾ ਸੀ ਨਿੱੱਚਾ ਝੁਕਾ ਕੇ ਜਾਵਾਂਗੇ ਨਿੱੱਚਾ ਝੁਕਾ ਕੇ ਨਹੀਂ ਜਾਵਾਂਗੇ ਇਹਨੂੰ ਕਿਹੜਾ ਕੋਈ ਗੱਲ ਹੈ ਇਹਨੇ ਹਿੰਦੁਸਤਾਨ ਬਾਰੇ ਚੰਗਾ ਸੋਚਿਆ ਹੀ ਨਹੀਂ ਸਾਰੀਆਂ ਰੇਡ ਗੱਡੀਆਂ ਹਵਾਈ ਜੱਜ ਵਿੱਚੋਂ ਨੂ ਤੁਰ ਪਿਆ ਆਜਾ ਮਾੜਾ ਪ੍ਰਧਾਨ ਮੰਤਰੀ ਦਾ ਹੋਣੇ ਨਾ ਹੋਵੇ ਚਲੋ ਹੋਰ ਤਾਂ ਬਰਦਾਸ਼ਤ ਕਰ ਲਿਆ ਲੋਕ ਨਹੀਂ ਬੋਲੇ ਜਦੋਂ ਖੇਤੀ ਦੀ ਗੱਲ ਆਈ ਖੇਤੀ ਤੇ ਪੂਰੇ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਇਹਨੂੰ ਸਾਰੇ ਪੰਜਾਬ ਨੇ ਜੀ ਢਿੱਡ ਭਰਿਆ ਸਾਰੇ ਇਹ ਠੁੱਠਾ ਮੰਗੀ ਫਿਰਦੇ ਨੇ ਅਮਰੀਕਾ ਕੈਨੇਡਾ ਸਾਰੇ ਪੰਜਾਬ ਨੇ ਨਾ ਢਿੱਡ ਭਰਿਆ ਉਹਨਾਂ ਦੀ ਇਹਨੇ ਤਲਵਾਰ ਲਟਕਾ ਦੀ ਅਸੀਂ ਨਹੀਂ ਸੈਂਡ ਕਰਾਂਗੇ ਸਾਨੂੰ ਭਾਵੇਂ ਗੋੜੀਆਂ ਖਾਣੀਆਂ ਪੈਣ ਭਾਵੇਂ ਲਾਠੀਆਂ ਖਾਣੀਆਂ ਪੈਣ ਅਸੀਂ ਉਹਨੋਂ ਹਲਦੇ ਨਹੀਂ ਹੈਗੇ ਠੀਕ ਹੈ ਤੇ ਬਾਕੀ ਮੈਂ ਉਹੀ ਗੱਲ ਕਰਦਾ ਸੀ ਸਰਕਾਰਾਂ ਨੇ ਰਾਜਨੀਤੀ ਹੋ ਰਹੀ ਆ ਜਾਂ ਸਰਕਾਰਾਂ ਦੀ ਨੀਤ ਹੁਣ ਸਾਫ਼ ਆ ਡਰਦੇ ਨੇ ਕਹਿੰਦੇ ਨੇ ਵੀ ਕਿਸਾਨਾਂ ਨੇ ਬਹੁਤ ਕੁਝ ਕਰਤਾ ਕਿਤੇ ਹੋਰ ਨਾ ਮਤਲਬ ਜਿਆਦਾ ਪ੍ਰਦਰਸ਼ਨ ਜਾਰੀ ਰਹਿਣਾ ਕੀ ਲੱਗਦਾ ਤੁਹਾਨੂੰ ਰਾਜਨੀਤੀ ਹੋ ਰਹੀ ਆ ਜੀ ਸਾਨੂੰ ਬੌੜੇ ਬਣਾਉਂਦੇ ਨੇ ਕਿਸਾਨ ਉਹਨਾਂ ਬੌਲਾ ਨਹੀਂ ਹੈ ਜਾਗਰਤ ਹੋ ਗਿਆ ਹੁਣ ਸਾਨੂੰ ਪਤਾ ਲੱਗਿਆ ਵੀ ਕੌਣ ਕੀ ਹੈ ਸਭ ਨੇ ਇਹਨੇ ਚੂੰਡ ਚੂੰਡ ਕੇ ਖਾ ਲਿਆ ਵੋਟਾਂ ਪਵਾ ਕੇ ਮੌਕੇ ਤੇ ਸਾਨੂੰ ਵੜਿਆ ਕੇ ਵੋਟਾਂ ਪਵਾ ਰਹੇ ਨੇ ਉਦੋਂ ਬਾਅਦ ਸਾਨੂੰ ਖਾਈ ਜਾਂਦੇ ਨੇ ਗਰੀਬ ਆਸੀਂ ਦਿੱਲੀ ਦੀ ਹਾਲਾਤ ਦੇਖੀ ਹੈ ਜਿੰਨੇ ਗਰੀਬਾਂ ਨੂੰ ਮੈਂ ਗੱਲਾਂ 50 ਬੰਦੇ ਨਾਲ ਕਰੀਏ ਨੇ ਸਾਰੇ ਰੋ ਰਹੇ ਨੇ ਭੁੱਖੇ ਬੈਠੇ ਨੇ ਸੜਕਾਂ ਦੇ ਬਹੁਤ ਬੁਰੀ ਹਾਲਤ ਹੈ ਤਕੜੇ ਨੂੰ ਤਕੜਾ ਕਰਤਾ ਇਹਨੇ ਮਾਰੇ ਨੂੰ ਘੜੀਸ ਕੇ ਮਾਰਤਾ ਪਰ ਤਾਂ ਜੀ ਤੁਸੀਂ ਕਹਿੰਦੇ ਹੋ ਕਿ ਹਰਿਆਣਾ ਸਾਡੇ ਨਾਲ ਆ ਹਰਿਆਣੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਹਰਿਆਣੇ ਦੇ ਲੋਕ ਨਹੀਂ ਤਾਂ ਹੋਰ ਸਟੇਟਾਂ ਦੇ ਲੋਕ ਨੇ ਕੀ ਕਹੋਗੇ ਉਹ ਜੀ ਬਿਲਕੁਲ ਗਲਤ ਹੈ ਉਹ ਤਾਂ ਝੂਠਾ ਬੰਦਾ ਹੈ ਉਹਦਾ ਕਹਿੰਦਾ ਮੈਂ ਪੰਜਾਬ ਹੈ ਮੇਰੀ ਧਰਤੀ 'ਤੇ ਪੈਰੇ ਰੱਖ ਕੇ ਲਗਾਵੇ ਉਹਦੀ ਹਿੱਕ ਉੱਪਰ ਜੀ ਆਇਆ ਮੋਦੀ ਦੇ ਵੀ ਆ ਗਏ ਇਹਦਾ ਹੁਣ ਮੋਦੀ ਸਾਨੂੰ ਪਿੱਛੇ ਹਟਾ ਕੇ ਲਿਖਾ ਦੇ ਠੀਕ ਹੈ ਹਾਂ ਉਹਦੀ ਹਿੱਕ ਉੱਪਰ ਜੀ ਲਾਟੜ ਕੇ ਆਇਆ ਹੁਣ ਮੋਦੀ ਵੀ ਲਾਟੜਾਂਗੇ ਅਸੀਂ ਠੀਕ ਹੈ ਸੋ ਭਾਰਤੀ ਕਿਸਾਨ ਯੂਨੀਅਨ ਆਗੂਆਂ ਦਾ ਕਹਿਣਾ ਕਿ ਅਸੀਂ ਨਹੀਂ ਪਿੱਛੇ ਹਟਾਂਗੇ ਜੋ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਅੱਗੇ ਜਾ ਕੇ ਰਹਾਂਗੇ ਸੋ ਇਹਨਾਂ ਕਿਹਾ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਕਰਵਾ ਕੇ ਹਟਾਂਗੇ ਸੋ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਕੋਈ ਅਡਜਸਟਮੈਂਟ ਨਹੀਂ ਕੋਈ ਸੋਧ ਨਹੀਂ ਹੁਣ ਤਾਂ ਪੂਰੇ ਦੇ ਪੂਰੇ ਜੋ ਤਿੰਨ ਕਾਨੂੰਨ ਖੇਤੀ ਕਾਨੂੰਨ ਬਣੇ ਨੇ ਉਹਨਾਂ ਨੂੰ ਰੱਦ ਕਰਵਾ ਕੇ ਹਟਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨੇ ਹਾਂਜੀ ਆਪਣਾ ਨਾਮ ਮਾਸਟਰ ਬਲਰਾਜ ਸਿੰਘ ਬਲਰਾਜ ਸਿੰਘ ਜੀ ਕੀ ਕਹੋਗੇ ਪ੍ਰਦਰਸ਼ਨ ਚੱਲ ਰਹੇ ਨੇ ਕਿਵੇਂ ਲੱਗਦਾ ਤੁਹਾਨੂੰ ਸਰਕਾਰਾਂ ਪਿੱਛੇ ਨਹੀਂ ਹਟ ਰਹੀਆਂ ਮੀਟਿੰਗਾਂ ਹੋ ਰਹੀਆਂ ਨੇ ਬੇਸਿੱਟਾ ਰਹਿ ਰਹੀਆਂ ਨੇ ਕੀ ਕਹੋਗੇ ਸਰਕਾਰਾਂ ਦਾ ਕੰਮ ਆ ਕਿ ਕੰਮ ਨੂੰ ਲਟਕਾਉਣਾ ਪਰ ਅਸੀਂ ਉਸ ਗੁਰੂ ਗਵਿੰਦ ਸਿੰਘ ਦੀ ਔਲਾਦ ਆ ਜੋ ਕਿ ਆਪਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸਾਨੂੰ ਇਹੋ ਜੇ ਪੂਰਨੇ ਪਾਏ ਆ ਕਿ ਜਦੋਂ ਸਿੱਖ ਚੱਲ ਪੈਂਦਾ ਉਹ ਫਤਿਹ ਵਰ ਕਰਕੇ ਮੁਰਦਾ ਪਿੱਛੇ ਵਾਪਸ ਨਹੀਂ ਮੁੜਦਾਗਾ ਅਸੀਂ ਉਥੋਂ ਚੱਲੇ ਹੋਏ ਆ ਅਸੀਂ ਕਦੇ ਵੀ ਖਾਲੀ ਨਹੀਂ ਜਾਵਾਂਗੇ ਜਿੰਨਾ ਚਿਰ ਉਹਦੇ ਆਰਡੀਨੈਂਸ ਜਾਰੀ ਰਾਧ ਨਹੀਂ ਹੋਣਗੇ ਤੁਮਰ ਦੀ ਕੱਲ ਬੋਲੇ ਆ ਮੇਰੇ ਕੋਲੇ ਵੀਡੀਓ ਵੀ ਆਈ ਹੈ ਕਿ ਉਹ ਕਹਿੰਦਾ ਵੀ ਇਹ اڈਾਨੀ ਤੇ ਬਾਨੀ ਦੇ ਨਾਂ ਤੇ ਮਤਲਬ ਮੰਨ ਗਿਆ ਉਹ ਕਿ ਉਹਨਾਂ ਨੇ ਸਾਥੋਂ ਕਰਾਇਆ ਤੇ ਜੇ ਉਹ ਕਹਿਣਗੇ ਤਾਂ ਅਸੀਂ ਰੱਦ ਕਰ ਦਿਆਂਗੇ ਜੇ ਨਾ ਕਹਿਣਗੇ ਨਹੀਂ ਕਰਦੇ ਹੁਣ ਤੁਸੀਂ ਆਪ ਹੀ ਵੇਖ ਲਓ ਤੁਹਾਡੇ ਕੋਲੇ ਵੀ ਖਬਰ ਆ ਗਈ ਹੋਣੀ ਹੈ ਕਿ ਪੱਕੀ ਹੈ ਕਿ ਡਾਨੀ ਦੇ ਬਾਨੀ ਨੇ ਕਰਾਈ ਹੈ ਪਰ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉਹਨਾਂ ਚਿਰ ਵਾਪਸ ਨਹੀਂ ਜਾਵਾਂਗੇ ਜੇ ਨਾ ਚਿਰ ਇਹ ਰੱਦ ਨਹੀਂ ਹੋਣਗੇ ਅਸੀਂ ਇਹ ਧਾਰ ਕੇ ਆਏ ਆ ਪੱਕਾ ਰਾਦਾ ਬਣਾ ਕੇ ਆਏ ਆ ਬੇਫਿਕਰ ਹੋ ਉਹਨਾਂ ਚਿਰ ਵਾਪਸ ਨਹੀਂ ਲੱਗਦਾ ਸਰਕਾਰ ਰੱਦ ਕਰੂਗੀ ਰੱਦ ਕਰੂਗੀ ਸਰਕਾਰ ਹੁਣ ਬਿਲਕੁਲ ਜੀ ਕਰੂਗੀ ਜੇ ਨਾ ਕਰੂਗੀ ਨਾ ਜਾਂ ਦਿੱਲੀ ਆਣੀ ਜਾਂ ਪੰਜਾਬੇਣੀ ਜੀ ਇਹ ਮੈਥੋਂ ਲਖਾ ਲਓ ਠੀਕ ਹੈ ਅਸੀਂ ਮਰ ਸਕਦੇ ਆਂ ਵਾਪਸ ਨਹੀਂ ਮੁੜ ਸਕਦੇ ਕੁਰਬਾਨੀ ਦੇ ਕੇ ਕੁਰਬਾਨੀ ਦੇ ਕੇ ਜਾਵਾਂਗੇ ਠੀਕ ਹੈ ਜਦ ਤੱਕ ਜਰੂਰ ਤੱਕ ਕੈਨਸਲ ਨਹੀਂ ਹੁੰਦੇ ਰੱਦ ਨਹੀਂ ਹੁੰਦੇ ਤੁਸੀਂ ਇੱਥੇ ਪ੍ਰਦਰਸ਼ਨ ਆ ਮੈਂ ਇੱਥੇ ਵੀ ਵੱਧ ਪ੍ਰਦਰਸ਼ਨ ਹੋਣਗੇ ਜੀ ਹਰਿਆਣਾ ਸਾਡੇ ਨਾਲ ਆ ਰਾਜਸਥਾਨ ਸਾਡੇ ਨਾਲ ਹੈ ਯੂਪੀ ਸਾਡੇ ਨਾਲ ਹੈ ਬਿਹਾਰ ਚੱਲ ਪਿਆ ਮੱਧ ਪ੍ਰਦੇਸ਼ ਚੱਲ ਪਿਆ ਸਾਬ ਹੌਲੀ ਹੌਲੀ ਦਿੱਲੀ ਨੂੰ ਇੰਨਾ ਜਾਮ ਕਰ ਦੇਣਾ ਕਿ ਇੱਕ ਹਫਤੇ ਦੀਆਂ ਚੀਕਾਂ ਕਢਾ ਦੇਣੀਆਂ ਸੀ ਠੀਕ ਹੈ ਜੀ ਸੋ ਭਾਰਤੀ ਕਿਸਾਨ ਯੂਨੀਅਨ ਆਗੂਆਂ ਦਾ ਕਹਿਣਾ ਕਿ ਜਿਉਂ-ਜਿਉਂ ਸੰਘਰਸ਼ ਲੰਮਾ ਹੋਈ ਜਾ ਰਿਹਾ ਸਾਨੂੰ ਵੱਖੋ-ਵੱਖਰੀਆਂ ਸਟੇਟਾਂ ਵੱਖੋ-ਵੱਖਰੇ ਸੂਬੇ ਮਿਲਦੇ ਨੇ ਸੂਬੇ ਆਉਂਦੇ ਨੇ ਤੇ ਸੂਬੇ ਉੱਠ ਰਹੇ ਨੇ ਯੂਪੀ ਉੱਠ ਰਹੀ ਆ ਹੋਰ ਸਟੇਟਾਂ ਉੱਠ ਰਹੀਆਂ ਨੇ ਸੋ ਤੁਹਾਨੂੰ ਦੱਸ ਦਈਏ ਅਸੀਂ ਟਿੱਕਰੀ ਬਾਰਡਰ ਤੇ ਖੜੇ ਆ ਤਿਕਰੀ ਬਾਰਡਰ ਤੇ ਪੂਰਾ ਜਾਮ ਲੱਗਿਆ ਹੋਇਆ ਵੱਡੀ ਗਿਣਤੀ ਚ ਟਰਾਲੀਆਂ ਵੱਡੀ ਗਿਣਤੀ ਚ ਆਗੂ ਆਗੂ ਪੂਰੇ ਪ੍ਰਦਰਸ਼ਨ ਕਰ ਰਹੇ ਨੇ ਇੱਥੇ ਬੈਠੇ ਨੇ ਪ੍ਰਸ਼ਾਦਾ ਪਾਣੀ ਛਕ ਰਹੇ ਨੇ ਕਹਿ ਰਹੇ ਨੇ ਕਿ ਨਹੀਂ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਜੋ ਖੇਤੀ ਕਾਨੂੰਨ ਬਣੇ ਨੇ ਇਹਨਾਂ ਨੂੰ ਰੱਦ ਕਰਵਾ ਕੇ ਹਟਾਂਗੇ ਅੱਜ ਅਸੀਂ ਆਇਆ ਅਸੀਂ ਦੇਖਿਆ 25 ਤੋਂ 30 ਕਿਲੋਮੀਟਰ ਤਕਰੀਬਨ ਵੱਧ ਵੀ ਹੋ ਸਕਦਾ ਇੰਨੇ ਵੱਡੇ ਜਾਮ ਨੇ ਪੂਰੀਆਂ ਸੜਕਾਂ ਜਾਮ ਨੇ ਪੂਰੇ ਕਿਸਾਨ ਪੰਜਾਬ ਹਰਿਆਣਾ ਦੇ ਪੂਰੇ ਹੋਰ ਵੀ ਸਟੇਟਾਂ ਚੋਂ ਆ ਰਹੇ ਨੇ ਜੋ ਪੂਰੇ ਆਪਣੇ ਲੰਗਰ ਇੱਥੇ ਬਣਾ ਰਹੇ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੰਗਰ ਵੀ ਪਹੁੰਚ ਰਹੇ ਨੇ ਸੋ ਦਿੱਲੀ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ ਦਿੱਲੀ